ਮੈਨੂੰ ਲੱਗਦਾ ਕਿ ਮੇਰਾ ਬਣਦਾ ਹੈ, ਮੈਨੂੰ ਪੱਕਾ ਗੱਲ ਕਰਨੀ ਚਾਹੀਦੀ ਇਸ ਚੀਜ਼ ਦੀ, ਕਿਉਂਕਿ ਹੁਣ ਲਾਈਕ ਹੱਦ ਹੋ ਗਈ ਆ। ਸੋ ਵੀ ਉਹ ਨਾ 2 ਦਿਨਾਂ ਦੀ ਮੈਂ ਦੇਖ ਰਹੀ ਹਾਂ ਇੰਟਰਨੈਟ 'ਤੇ ਇੱਕ ਵੀਡੀਓ ਸਰਕੂਲੇਟ ਕੀਤੀ ਜਾ ਰਹੀ ਆ ਔਰ ਪੋਰਨੋਗ੍ਰਾਫਿਕ ਨੇਚਰ, ਜਿੱਥੇ ਬੋਲਿਆ ਜਾ ਰਿਹਾ ਕਿ ਮੰਡੀ ਠਾਕਰ ਇਜ਼ ਪਰਫੋਰਮਿੰਗ ਓਰਲ ਸੈਕਸ ਔਨ ਅ ਮੈਨ ਇਨ ਦ ਵੀਡੀਓ, ਅਤੇ ਸਭ ਬੋਲ ਰਹੇ ਨੇ ਦਿਸ ਇਜ਼ ਮੰਡੀ, ਉਹਨਾਂ ਦੀ ਵੀਡੀਓ ਲੀਕ ਕੀਤੀ ਗਈ ਆ। ਫਸਟ ਆਫ ਆਲ ਲਾਈਕ ਮਾਈ ਬ੍ਰੇਨ ਆਈ ਐਮ ਫਲੈਬਗੈਸਟਡ, ਆਈ ਐਮ ਕੰਪਲੀਟਲੀ ਲਾਈਕ ਸੀਰੀਅਸਲੀ, ਸਾਡੀ ਜੋ ਪੰਜਾਬੀ ਜਨਤਾ ਹੈਗੀ ਆਪਾਂ ਇੰਨੇ ਬੇਵਕੂਫ ਤਾਂ ਨਹੀਂ ਹੈਗੇ ਨਾ ਜਿਹੜੇ ਆਪਾਂ ਇੱਦਾਂ ਦੀ ਚੀਜ਼ਾਂ ਹੁਣ ਬਿਲੀਵ ਕਰਨ ਲੱਗ ਗਏ ਨੇ ਲੱਗ ਗਏ ਆ। ਓ ਵੀ ਸੀਰੀਅਸਲੀ ਦੈਟ ਸਟੂਪਿਡ, ਇਟਸ ਕਲੀਅਰ ਦਿਸ ਵੀਡੀਓ ਇਜ਼ ਅ ਫੇਕ ਵੀਡੀਓ, ਇਟਸ ਐਬਸੋਲੂਟਲੀ ਕਲੀਅਰ, ਇਟਸ ਬੀਨ ਮੂਵਡ, ਯੂ ਕੈਨ ਸੀ ਕਿ ਜੋ ਵੀਡੀਓ 'ਤੇ ਉਹਨਾਂ ਦਾ ਮੂੰਹ ਹੈਗਾ ਆ ਸੇਮ ਐਕਸਪ੍ਰੈਸ਼ਨ ਉਹੀ ਲੱਗਿਆ ਹੋਇਆ। ਹੁਣ ਤਾਂ ਕਿੰਨੇ ਐਪਸ ਹੈਗੇ ਨੇ ਇੰਟਰਨੈਟ 'ਤੇ, ਤੁਸੀਂ ਬਸ ਇੱਕ ਫੋਟੋ ਖਿੱਚੋ ਜਾਂ ਕਿਸੇ ਦਾ ਮੂੰਹ ਤੁਸੀਂ ਹੋਰ ਕਿਸੇ ਦੀ ਬੋਡੀ 'ਤੇ ਲਾ ਸਕਦੇ ਹੋ, ਐਂਡ ਦੈਟਸ ਕਲੀਅਰਲੀ ਵਾਟਸ ਇਟਸ ਕਲੀਅਰ, ਦੈਟਸ ਵਾਟਸ ਹੈਪਨਡ, ਇਟਸ ਯੂ ਨੋ ਇਟਸ ਐਬਸੋਲੂਟਲੀ ਕਲੀਅਰ। ਬਟ ਮੈਂ ਪੁੱਛਣਾ ਚਾਹੁੰਦੀ ਹਾਂ ਹਮੇਸ਼ਾ ਇੱਕ ਔਰਤ ਦੇ ਨਾਲ ਇੱਦਾਂ ਕਿਉਂ ਹੁੰਦਾ ਆ, ਸੈਕਸ਼ੂਅਲ ਨੇਚਰ ਟਾਈਪ ਆਫ ਵੀਡੀਓਜ਼ ਹਮੇਸ਼ਾ ਇੱਕ ਔਰਤ ਦੇ ਨਾਲ ਕਿਉਂ ਜੋੜੀਆਂ ਜਾਂਦੀਆਂ ਨੇ? ਸਾਡੇ ਪੰਜਾਬੀ ਇੰਡਸਟਰੀ ਦੇ ਵਿੱਚ ਕੋਈ ਵੀ ਮੇਲ ਇੰਨੇ ਇਨਫਲੂਐਂਸ਼ੀਅਲ ਮੇਲ ਆਰਟਿਸਟ ਹੈਗੇ ਨੇ, ਆਪਾਂ ਕਦੇ ਕੋਈ ਸੈਕਸ਼ੂਅਲ ਨੇਚਰ ਦੀ ਵੀਡੀਓ ਉਹਨਾਂ ਦੇ ਖਿਲਾਫ ਦੇਖਦੇ ਹਾਂ? ਨੋ ਰਾਈਟ? ਅਤੇ ਐਕਚੁਲੀ ਉਲਟਾ ਸਾਡੀ ਸੋਸਾਇਟੀ ਦੇ ਵਿੱਚ ਕੀ ਹੁੰਦਾ ਹੈ, ਅਗਰ ਕੋਈ ਮੁੰਡਾ ਇੱਦਾਂ ਦੀ ਕੋਈ ਇੱਦਾਂ ਦੀ ਹਰਕਤ ਵਾਲੀ ਵੀਡੀਓ ਮੁੰਡੇ ਦੀ ਅੱਗੇ ਆਊਗੀ, ਸੈਡਲੀ ਮੈਂ ਨਹੀਂ ਕਹਿ ਰਹੀ ਕਿ ਹਰ ਇੱਕ ਬੰਦਾ ਇੱਦਾਂ ਕਰਦਾ, ਬਟ ਸੈਡਲੀ ਦੇਰ ਇਜ਼ ਐਨ ਐਲੀਮੈਂਟ ਇਨ ਆਵਰ ਸੋਸਾਇਟੀ ਇਨ ਆਵਰ ਕਲਚਰ ਵੇਅਰ ਪੀਪਲ ਕੈਨ ਯੂ ਲੈ, ਇਹ ਤਾਂ ਮਜ਼ੇ ਲੈ ਰਿਹਾ, ਕਿੰਨੀ ਵਧੀਆ ਗੱਲ ਆ। ਇੱਕ ਔਰਤ ਦੀ ਵੀਡੀਓ ਅਗਰ ਅੱਗੇ ਆਉਂਦੀ ਹੈ ਇੱਦਾਂ, ਫੋਰ ਐਗਜ਼ਾਮਪਲ, ਆਪਾਂ ਉਹਨੂੰ ਸਲੱਟ ਸ਼ੇਮ ਕਰਦੇ ਹਾਂ, ਕਿੰਨੀ ਮਾੜੀ ਹੈ, ਕਿੰਨੀ ਗੰਦੀ ਆ। ਵੀ ਸੈਲੀਬ੍ਰੇਟ ਅ ਮੈਨ ਡੂਇੰਗ ਇਟ, ਬਟ ਵੀ ਸਲੱਟ ਸ਼ੇਮ ਅ ਵੂਮਨ ਫੋਰ ਡੂਇੰਗ ਇਟ, ਵਾਈ? ਦ ਲਾਸਟ ਥਿੰਗ ਦੈਟ ਆਈ ਵਾਂਟ ਟੂ ਸੇ ਟੂ ਯੂ ਇਜ਼ ਸਟੌਪ ਸਰਕੂਲੇਟਿੰਗ ਦਿਸ ਵੀਡੀਓ, ਦਿਸ ਕੁਡ ਬੀ ਯੋਰ ਸਿਸਟਰ, ਦਿਸ ਕੁਡ ਬੀ ਯੋਰ ਮਦਰ। ਅੱਜ ਤਾਂ ਮੈਂਡੀ ਠੱਕਰ ਦੇ ਨਾਲ ਹੋਇਆ ਨਾ, ਕੱਲ੍ਹ ਨੂੰ ਤੁਹਾਡੀ ਮਾਂ ਦੀ ਫੋਟੋ ਲੈ ਕੇ ਇੱਦਾਂ ਦੀ ਬੋਡੀ 'ਤੇ ਪਾ ਦੂਗਾ ਅਤੇ ਇੱਦਾਂ ਦੀ ਵੀਡੀਓ ਸਰਕੂਲੇਟ ਕਰ ਲੂਗਾ, ਕੱਲ੍ਹ ਨੂੰ ਤੁਹਾਡੀ ਭੈਣ, ਕੋਈ ਵੀ ਔਰਤ ਤੁਹਾਡੀ ਫੈਮਿਲੀ ਦੇ ਵਿੱਚ ਜਿਹਨੂੰ ਤੁਸੀਂ ਇੰਨਾ ਪਿਆਰ ਕਰਦੇ ਹੋ, ਇੰਨਾ ਉੱਚਾ ਦਰਜਾ ਦਿੰਦੇ ਹੋ, ਕੱਲ੍ਹ ਨੂੰ ਉਹਨਾਂ ਦੀ ਫੋਟੋ ਲੈ ਕੇ ਸਰਕੂਲੇਟ ਕਰ ਦੂਗਾ, ਨਹੀਂ ਰੋਕ ਸਕਦੇ ਨਾ। ਜਿੱਦਾਂ ਆਪਾਂ ਬੈਠੇ ਹਾਂ ਨਾ ਇਸ ਟਾਈਮ, ਸਾਰੇ ਦੇਖ ਰਹੇ ਹਾਂ ਉਸ ਚੀਜ਼ ਨੂੰ, ਕੱਲ੍ਹ ਨੂੰ ਸਾਡੇ 'ਤੇ ਵੀ ਆ ਸਕਦੀ ਆ, ਅਤੇ ਉਦੋਂ ਸੇਮ ਉਹੀ ਲੋਕ ਬੈਠੇ ਹੋਣਗੇ ਜਿੱਦਾਂ ਆਪਾਂ ਬੈਠੇ ਹਾਂ ਦੇਖਣ ਵਾਸਤੇ, ਉਹੀ ਲੋਕ ਹੋਣਗੇ ਜੋ ਵਧਾ ਰਹੇ ਨੇ ਇਸ ਚੀਜ਼ ਨੂੰ, ਸਰਕੂਲੇਟ ਕਰ ਰਹੇ ਨੇ, ਬੋਲ ਰਹੇ ਨੇ। ਸੋ ਅੰਡਰਸਟੈਂਡ ਦਿਸ ਇਜ਼ ਅ ਫੇਕ ਵੀਡੀਓ, ਚੈਲੇਂਜ ਯੋਰ ਫਰੈਂਡਸ, ਆਪਣੀ ਫੈਮਿਲੀ ਨੂੰ ਚੈਲੇਂਜ ਕਰੋ, ਆਪਣੇ ਫਰੈਂਡਸ ਨੂੰ ਚੈਲੇਂਜ ਕਰੋ, ਅਗਰ ਤੁਹਾਡੇ ਵਟਸਐਪ ਗਰੁੱਪਸ ਦੇ ਵਿੱਚ ਆਉਂਦਾ ਹੈ, ਜਿੱਥੇ ਮਰਜ਼ੀ ਆਉਂਦਾ, ਜੋ ਵੀ ਤੁਹਾਨੂੰ ਬੋਲਦਾ, ਚੈਲੇਂਜ ਕਰੋ ਯਾਰ, ਕੀ ਕਰ ਰਹੇ ਹੋ ਤੁਸੀਂ, ਕੋਈ ਵਧੀਆ ਗੱਲ ਆ ਜਿਹੜੀ ਤੁਸੀਂ ਇਸ ਚੀਜ਼ ਨੂੰ ਸਪਰੈਡ ਕਰ ਰਹੇ ਹੋ? ਸੋ ਚੈਲੇਂਜ ਹੈ, ਆਈ ਕੈਨ ਨੋਟ ਈਵਨ ਥਿੰਕ ਰਾਈਟ ਨਾਓ ਕਿ ਮੰਡੀ ਕਿੱਦਾਂ ਫੀਲ ਕਰਦੀ ਹੋਵੇਗੀ। ਮੈਂ ਅੱਜ ਇੱਕ ਕਿੱਸਾ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਂਦੀ ਹਾਂ। ਬਹੁਤ ਟਾਈਮ ਪਹਿਲਾਂ ਨਾ ਕਿਸੇ ਨੇ ਇੱਕ ਪੋਰਨ ਸਾਈਟ 'ਤੇ ਇੱਕ ਵੀਡੀਓ ਪਾਈ ਸੀ, ਇਟਸ ਨਥਿੰਗ ਟੂ ਡੂ ਵਿਦ ਮੀ, ਇੱਕ ਭਾਰੀ ਕੁੜੀ ਸੀ, ਇੰਡੀਅਨ ਕੁੜੀ ਸੀ, ਪਰ ਉਹਦੇ ਥੱਲੇ ਉਸ ਵੀਡੀਓ ਦੇ ਕੈਪਸ਼ਨ ਦੇ ਥੱਲੇ ਲਿਖਿਆ ਹੋਇਆ ਸੀ ਬਿਸ਼ੰਬਰ ਦਾਸ, ਹੋਰ ਅੱਗੇ ਕੁਛ ਲਿਖਿਆ ਸੀ ਮੈਨੂੰ ਯਾਦ ਨਹੀਂ ਹੈਗਾ, ਨਾ ਉਹ ਵੀਡੀਓ ਮੇਰੀ ਸੀ, ਨਾ ਮੇਰੀ ਬੋਡੀ ਸੀ, ਨਾ ਮੇਰਾ ਫੇਸ ਸੀ, ਨਾ ਮੈਂ ਉਹ ਸਰਕਮਸਟੈਂਸਿਸ ਦੇ ਵਿੱਚ ਸੀ, ਨਥਿੰਗ ਰਾਈਟ, ਬਸ ਸਿਰਫ ਮੇਰਾ ਨਾਂ ਲਿਖਿਆ ਸੀ। ਸੋ ਅਗਰ ਕੋਈ ਗੂਗਲ 'ਤੇ ਸਰਚ ਮਾਰਦਾ ਨਾ, ਪਹਿਲਾਂ ਉੱਥੇ ਆਉਣਾ ਸੀ ਬਿਸ਼ੰਬਰ ਦਾਸ ਫੋਨ ਵੀਡੀਓ, ਫੋਰ ਐਗਜ਼ਾਮਪਲ, ਰਾਈਟ? ਆਈ ਨੋ ਸਿਰਫ ਮੇਰੇ ਨਾਂ ਨੂੰ ਅਸੋਸੀਏਟ ਕੀਤਾ ਗਿਆ ਸੀ ਉਸ ਵੀਡੀਓ ਦੇ ਨਾਲ, ਮੈਨੂੰ ਪਤਾ ਹੈ ਕਿ ਮੇਰੇ 'ਤੇ ਕੀ ਬੀਤੀ, ਮੈਨੂੰ ਪਤਾ ਆ ਕਿ ਮੈਨੂੰ ਕਿੰਨਾ ਸੀ ਕਿ ਮੇਰੇ ਰੈਪੂਟੇਸ਼ਨ ਨੂੰ, ਮੇਰੇ ਕਰੀਅਰ ਨੂੰ ਇਹ ਚੀਜ਼ਾਂ ਕਿੱਦਾਂ, ਮਤਲਬ ਇਹ ਅਫੈਕਟ ਕਰ ਸਕਦੀਆਂ ਨੇ, ਰਾਈਟ? ਕੀ ਇੰਪੈਕਟ ਹੋ ਸਕਦਾ ਇਸ ਚੀਜ਼ ਦਾ? ਸੋ ਆਈ ਕਾਂਟ ਈਵਨ ਇਮੈਜਿਨ ਰਾਈਟ ਨਾਓ ਵਟ ਇਜ਼ ਮੰਡੀ ਫੀਲਿੰਗ, ਆਈ ਲਿਟਰਲੀ ਕਾਂਟ। ਜਿਹੜੇ ਬੰਦੇ ਨੇ ਇੰਨੇ ਸਾਲ ਆਪਣੀ ਜ਼ਿੰਦਗੀ, ਮਤਲਬ ਜੋ ਆਪਣਾ ਰੈਪੂਟੇਸ਼ਨ ਹੈਗਾ ਸਭ ਕੁਝ ਚੰਗੀ ਤਰ੍ਹਾਂ ਸਾਂਭ ਕੇ ਰੱਖਿਆ ਆ, 2 ਸਕਿੰਟਾਂ ਦੇ ਵਿੱਚ ਇੱਦਾਂ ਦੇ ਗੰਦੇ ਬੰਦੇ ਆਉਂਦੇ, ਇਹਨਾਂ ਦੀ ਹਰਕਤ ਕਰਦੇ ਨੇ, ਰੋਲਣ ਦੀ ਕੋਸ਼ਿਸ਼ ਕਰਦੇ ਨੇ ਉਸ ਬੰਦੇ ਦੇ ਰੈਪੂਟੇਸ਼ਨ ਨੂੰ, ਕਿਉਂ? ਅਤੇ ਸਾਡਾ ਫਰਜ਼ ਨਹੀਂ ਬਣਦਾ ਕਿ ਆਪਾਂ ਬੋਲੀਏ ਇਸ ਚੀਜ਼ ਦੇ ਖਿਲਾਫ, ਸਾਡਾ ਨਹੀਂ ਫਰਜ਼ ਬਣਦਾ ਕਿ ਆਪਾਂ, ਇਹ ਸਿਰਫ ਸਾਡਾ ਫਰਜ਼ ਨਹੀਂ ਹੈਗਾ ਕਿ ਅਸੀਂ ਬੋਲੀਏ। ਆਈ ਫੀਲ, ਮੈਂ ਯਾਰ ਹੁਣ ਕੀ ਕਹਾਂ, ਪੰਜਾਬੀ ਇੰਡਸਟਰੀ ਅੱਧੀ ਜਿਹੜੀ ਹੈਗੀ ਨਾ, 50% ਬੈਕਬੋਨ ਨਹੀਂ ਹੈਗੀ, ਤੁਰਨ ਵਾਸਤੇ ਇਨਸਾਨ ਨੂੰ ਬੈਕਬੋਨ ਚਾਹੀਦੀ ਹੈ ਨਾ ਕਿ ਬੰਦਾ ਸਿੱਧਾ ਤੁਰੇ, ਸਾਡੀ ਪੰਜਾਬੀ ਇੰਡਸਟਰੀ ਕੋਲ ਬਿਲਕੁਲ ਬੈਕਬੋਨ ਨਹੀਂ ਹੈਗੀ, ਕਿਉਂਕਿ ਮੈਨੂੰ ਨਹੀਂ ਪਤਾ ਕਿਹੜਾ ਨਾਲ ਖੜਾ ਇਸ ਵਕਤ ਬੋਲਣ ਵਾਸਤੇ ਕਿ ਗਾਇਜ਼ ਇੱਦਾਂ ਦੀ ਵੀਡੀਓਜ਼ ਨਾ ਸਰਕੂਲੇਟ ਕਰੋ, ਸਾਡੀ ਇੰਡਸਟਰੀ ਦਾ ਬੰਦਾ ਆ, ਭੈਣ ਆ ਸਾਡੀ, ਇੱਕ ਔਰਤ ਦੇ ਨਾਤੇ ਹੋਰ ਔਰਤਾਂ ਨਹੀਂ ਖੜਦੀਆਂ, ਬੰਦਿਆਂ ਨੇ ਕੀ ਖੜਨਾ ਆ? ਯੂ ਨੋ ਵਾਟ ਆਈ ਮੀਨ, ਲਾਈਕ ਫਰੋਮ ਐਨ ਇੰਡਸਟਰੀ ਪਰਸਪੈਕਟਿਵ, ਇਟਸ ਸ਼ੌਕਿੰਗ, ਸ਼ੌਕਿੰਗ ਕਿ ਅਸੀਂ ਹਮੇਸ਼ਾ ਬਸ ਇਹੀ ਸੋਚਦੇ ਹਾਂ ਯਾਰ ਮੈਨੂੰ ਤਾਂ ਕੋਈ ਇਫੈਕਟ ਨਹੀਂ ਪੈਂਦਾ, ਮੈਂ ਕਿਉਂ ਬੋਲਦਾ ਹਾਂ, ਨਾ ਨਾ ਕੋਈ ਇਫੈਕਟ ਨਹੀਂ ਪੈਂਦਾ, ਨਾ ਬੋਲੋ, ਫਿਰ ਤੁਸੀਂ ਕਿਉਂ ਐਕਸਪੈਕਟ ਕਰਦੇ ਹੋ ਕਿ ਲੋਕ ਤੁਹਾਡੀ ਸਪੋਰਟ ਦੇ ਵਿੱਚ ਖੜਨ ਜੋ ਤੁਹਾਨੂੰ ਲੋੜ ਹੁੰਦੀ, ਕਿਉਂਕਿ ਤੁਹਾਡਾ ਨਵਾਂ ਗਾਣਾ ਆਉਣ ਲੱਗਾ ਆ ਜਾਂ ਤੁਹਾਡੀ ਨਵੀਂ ਫਿਲਮ ਆਉਣ ਲੱਗੀ ਆ, ਤੁਸੀਂ ਤਾਂ ਉਦੋਂ ਬੜੀ ਸਪੋਰਟ ਭਾਲਦੇ ਹੋ ਯਾਰ, ਸ਼ੇਅਰ ਕਰੋ, ਦੱਬ ਕੇ ਸ਼ੇਅਰ ਕਰਿਓ, ਐਰਾ ਵਗੈਰਾ, ਤੁਸੀਂ ਸੋਸਾਇਟੀ ਵਾਸਤੇ ਕੀ ਕਰਦੇ ਹੋ, ਤੁਸੀਂ ਕਮਿਊਨਿਟੀ ਵਾਸਤੇ ਕੀ ਕਰਦੇ ਹੋ? ਕੁਛ ਨਹੀਂ ਨਾ।
All I want to say, I really genuinely hope that Mandy takes the action that she needs to take. I just feel so sad she's going through this. Mandy, you're not alone. If you're watching my video, we're always standing with you. Because the thing is wrong, it's wrong. Imagine that something like this happens. Your family members will think about it. Let's go outside the world. Chalo, chaddo. ਤੁਹਾਡੀ ਫੈਮਿਲੀ ਨੂੰ ਵੀ ਤੁਹਾਡੇ ਨਾਲ ਇਹ ਚੀਜ਼ਾਂ ਸਹਿਣੀਆਂ ਪੈਂਦੀਆਂ ਨੇ ਤੁਹਾਡੇ ਨਾਲ ਇਮੇਜਿਨ ਕਰੋ ਯਾਰ ਯੂ ਪੁਟਿੰਗ ਹਰ ਫੈਮਿਲੀ ਥਰੂ ਦਿਸ ਐਸ ਵੈਲ ਥੋੜ੍ਹੀ ਜਿਹੀ ਰਿਸਪੈਕਟ ਤਾਂ ਕਰੋ ਰੱਖੋ ਸੋ ਦੈਟਸ ਆਲ ਆਮ ਗੋਇੰਗ ਟੂ ਸੇ ਪਲੀਜ਼ ਸਟਾਪ ਸਰਕੂਲੇਟਿੰਗ ਦਿਸ ਸ਼ਿਟ ਇਟਸ ਅ ਫੇਕ ਐਸ ਵੀਡੀਓ ਐਂਡ ਆਈ ਜਸਟ ਰੀਲੀ ਹੋਪ ਮੰਡੀ ਟੇਕਸ ਦੀ ਐਕਸ਼ਨ ਦੈਟ ਸ਼ੀ ਨੀਡਸ